24 ਤਰੀਕ ਨੂੰ ਜਿਹੜਾ ਹੈਗਾ ਕੋਟਕੋਪੂਰਾ ਸ਼ਹਿਰ ਦੇ ਵਿੱਚ ਇੱਕ ਮੋਬਾਈਲ ਦੀ ਦੁਕਾਨ ਸੀ ਉਹਦੇ ਬਾਹਰ ਇੱਕ ਕਾਰ ਖੜੀ ਸੀ ਉਹਦੇ ਤੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ਤੇ ਆ ਕੇ ਦਿਨ ਵੇਲੇ ਲਗਭਗ 3:30 ਵਜੇ ਦੇ ਕਰੀਬ ਫਾਇਰਿੰਗ ਕੀਤੀ ਗਈ ਸੀ ਤੇ ਇਹਦੇ ਚ ਅਸੀਂ ਤਫਤੀਸ਼ ਚ ਪਹਿਲਾਂ ਦੋ ਵਿਅਕਤੀ ਗ੍ਰਿਫਤਾਰ ਕੀਤੇ ਸੀ ਪਰ ਜਿਹੜੇ ਇਹ ਤਿੰਨ ਮੁੱਖ ਮੂਜਰਮ ਸੀਗੇ ਇਨਾਂ ਦੇ ਵਿੱਚੋਂ ਇੱਕ ਮੇਨ ਜਿਹੜਾ ਹੈਗਾ ਵਿਅਕਤੀ ਦੋਸ਼ੀ ਉਹਨੂੰ ਗ੍ਰਿਫਤਾਰ ਕਰਨਾ ਬਾਕੀ ਸੀ ਤੇ ਉਹਦੇ ਸਬੰਧੀ ਸਾਨੂੰ ਜਿਹੜੀ ਹੈਗੀ ਇਨਫੋਰਮੇਸ਼ਨ ਸਾਡੀ CIA ਟੀਮ ਨੂੰ ਮਿਲੀ ਸੀਗੀ ਤੇ ਉਹਨਾਂ ਦਾ ਜਿਹੜਾ ਅ ਅੱਜ ਉਹਨਾਂ ਨੇ ਉਹਨਾਂ ਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਵਿਅਕਤੀਆਂ ਨੇ ਇਹਨਾਂ ਤੇ ਜਿਹੜਾ ਹੈਗਾ ਹਮਲਾ ਕੀਤਾ ਤੇ ਔਰ ਜਿਹਦੇ ਜਵਾਬੀ ਫਾਇਰ ਦੇ ਵਿੱਚ ਇਹ ਵਿਅਕਤੀਆਂ ਨੂੰ ਜਿਹੜਾ ਹੈਗਾ ਗੋਲੀ ਲੱਗੀ ਹੈ ਇਹ ਦੋ ਵਿਅਕਤੀ ਨੇ ਇੱਕ ਤਾਂ ਹੈਪੀ ਨਾਮ ਦਾ ਹਰਪ੍ਰੀਤ ਹੈਪੀ ਨਾਮ ਦਾ ਵਿਅਕਤੀ ਹੈ ਔਰ ਇੱਕ ਇਹਦਾ ਕਜ਼ਨ ਹੈਗਾ ਪਰਮਿੰਦਰ ਏਲੀਅਸ ਚਿੜੀ ਇਹ ਦੋਵੇਂ ਪੰਨੀ ਵਾਲਾ ਮੁਕਸਰ ਡਿਸਟ੍ਰਿਕਟ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੇ ਜਿਹੜਾ ਹੈਗਾ ਇਸ ਵਾਰਦਾਤ ਨੂੰ ਜਿਹੜੀ ਕਿ 24 ਮਈ ਨੂੰ ਕੋਟਕਪੂਰੇ ਸ਼ਹਿਰ ਚ ਹੋਈ ਸੀ ਇਹਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਨੂੰ ਅਸਲਾ ਜਿਹੜਾ ਹੈਗਾ ਇੱਕ ਵਿਅਕਤੀ ਨੇ ਜਿਹੜਾ ਕਿ ਬਾਬਲ ਦਾ ਰਹਿਣ ਵਾਲਾ ਉਸਨੇ ਪ੍ਰੋਵਾਈਡ ਕਰਵਾਈ ਸੀ ਉਹਦੇ ਬਾਰੇ ਵਿੱਚ ਉਹਦੇ ਉਸ ਨੂੰ ਫੜਨ ਵਾਸਤੇ ਜਿਹੜਾ ਹੈਗਾ ਅਸੀਂ ਜਿਹੜੀ ਤਫਤੀਸ਼ ਜਿਹੜੀ ਹੈਗੀ ਹੋਰ ਅੱਗੇ ਵਧਾਵਾਂਗੇ ਹਰਪ੍ਰੀਤ ਹੈਪੀ ਜਿਹੜਾ ਹੈਗਾ ਇਹਦੇ ਤੇ ਪੰਜ ਦੇ ਕਰੀਬ ਮੁਕਦਮੇ ਪਹਿਲਾਂ ਦਰਜ ਨੇ ਪੰਨੀ ਵਾਲਾ ਦਾ ਇਹ ਰਹਿਣ ਵਾਲਾ ਇੱਕ ਮੁਕਦਮਾ ਇਸ ਤੇ 302 ਦਾ ਜੋ ਪਤਾ ਚੱਲੇ ਕਿ ਕਲਕੱਤੇ ਵੈਸਟ ਬੰਗਾਲ ਦੇ ਵਿੱਚ ਵੀ ਦਰਜ ਹੈ ਔਰ ਇਹੀਆਂ ਜਿਹੜੀਆਂ ਐਕਟੀਵਿਟੀਆਂ ਜਿਹੜੀਆਂ ਨੇ ਪਿਛਲੇ ਕੁਝ ਲੰਬੇ ਸਮੇਂ ਤੋਂ ਮਤਲਬ ਮਾੜੀਆਂ ਜਿਹੜੀਆਂ ਇਹਦੀਆਂ ਐਕਟੀਵਿਟੀਆਂ ਰਹੀਆਂ ਬਿਲਕੁਲ ਸਿਰ ਗੱਲ ਕਰੀਏ ਤਾਂ ਫਰੋਤੀਆਂ ਲਗਾਤਾਰ ਮੰਗਦੇ ਸੀ ਗੱਲ ਕਰੀ ਇਹਨੂੰ ਫਰੋਤੀ ਦੀ ਗੱਲ ਆਈ ਸੀ ਲੇਕਿਨ ਕਿਹੜੇ ਗਿਆਨ ਨਾਲ ਸੰਬੰਧ ਦੱਸੇ ਜਾ ਰਹੇ ਆ ਗੱਲ ਹੁਣ ਜਿਹੜੀ ਗੱਲ ਕੋਈ ਗਿਆਨ ਨਾਲ ਸੰਬੰਧ ਦੱਸ ਰਹੇ ਨੇ ਇਹ ਇੱਕ ਜਿਹੜਾ ਹੈਗਾ ਅਕਸ਼ੇ ਇਲੀਅਸ ਸਨੀ ਨਾਮ ਦਾ ਇੱਕ ਵਿਅਕਤੀ ਜਿਹੜਾ ਕੋਟਕਪੂਰੇ ਦਾ ਰਹਿਣ ਵਾਲਾ ਉਹ ਉਸ ਵੱਲੋਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਫਰੋਤੀ ਦੀ ਇਹ ਮੰਗ ਕੀਤੀ ਗਈ ਸੀ ਔਰ ਇੱਕ ਦੁਕਾਨਦਾਰ ਤੋਂ ਇਹਨੇ ਜਿਹੜਾ ਹੈਗਾ ਕੁਝ ਸਮਾਨ ਮੰਗਿਆ ਸੀ ਜਦੋਂ ਉਸਨੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਵਿਅਕਤੀ ਨੇ ਜਿਹੜਾ ਹੈਗਾ ਹਰਪ੍ਰੀਤ ਹੈਪੀ ਦੀ ਮਦਦ ਲਈ ਜਿੰਨੇ ਕਿ ਜਿਹੜਾ ਹੈ ਆਪਣੇ ਜਿਹੜਾ ਸਾਥੀ ਕਜ਼ਨ ਪਰਮਿੰਦਰ ਚਿੜੀ ਇਹ ਦੋਵੇਂ ਪੰਨੀ ਵਾਲਾ ਮੁਕਸਰ ਦੇ ਰਹਿਣ ਵਾਲੇ ਨੇ ਇਹਨਾਂ ਨੇ ਜਿਹੜਾ ਹੈਗਾ ਉਸ ਦੁਕਾਨਦਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਔਰ ਇਹ सनी ਜਿਹੜਾ ਹੈਗਾ ਪਹਿਲਾਂ ਜਿਹੜਾ ਹੈਗਾ ਇਸ ਤੇ ਜਿਹੜੇ 5 ਮੁਕਦਮੇ ਦਰਜ ਨੇ ਉਹਨਾਂ ਚ ਕੁਝ ਪੁਰਾਣੇ ਜਿਹੜੇ ਗੈਂਗਸਟਰਸ ਨੇ ਉਹਨਾਂ ਨਾਲ ਕੰਟੈਕਟ 'ਚ ਰਿਹਾ ਹੈਗਾ ਪਰ ਹਲੇ ਤੱਕ ਕਿਸੇ ਦੀ شناخت ਜਿਹੜੀ ਹੈਗੀ ਜੋ ਕੋਈ ਪੱਕੇ ਤੌਰ ਤੇ ਅਸੀਂ ਕਹਿ ਸਕੀਏ ਕਿ ਇੱਕ ਪਾਰਟਿਕੂਲਰ ਗੈਂਗ ਦਾ ਇਹ ਕੰਮ ਹੈ ਇਹੋ ਜੀ ਕੋਈ ਗੱਲ ਹਲੇ ਸਾਹਮਣੇ ਨਹੀਂ ਆਈ ਬਿਲਕੁਲ ਮੁੜੇ ਤਫਤੀਸ਼ ਕੀ ਪਤਾ ਲੱਗੇ ਜਦੋਂ ਬਿਲਕੁਲ ਪੜੇਗੇ ਕਿ ਕਿਸ ਕਿਸ ਗੈਂਗਸਟਰਸ ਨਾਲ ਨਹੀਂ ਉਦੋਂ ਉਦੋਂ ਵੀ ਕਿਸੇ ਗੈਂਗ ਦੇ ਕੋਈ ਜਿਹੜੀ ਹੈਗੀ ਸਾਡੇ ਕੋਲ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਸੀ ਆਈ ਔਰ ਇਹ ਇਹਦੇ ਵਿੱਚ ਜਿਹੜਾ ਹੈਗਾ ਕਿ ਇੱਕ ਪਰਸਨਲ ਤੌਰ ਤੇ ਉਸਨੇ ਫਰੋਤੀ ਦੀ ਜਿਹੜੀ ਮੰਗ ਕੀਤੀ ਤੇ ਇਸ ਜਿਹੜਾ ਇਹ ਜਿਹੜਾ ਵਿਅਕਤੀ ਹੈ ਅਕਸ਼ੇ ਸੰਨੀ ਨਾਮ ਦਾ ਇਹਦਾ ਜਿਹੜਾ ਪਿਛੋਕੜ ਜਿਹੜਾ ਹੈਗਾ ਉਹ ਚੈੱਕ ਕਰਕੇ ਤੇ ਜੇਕਰ ਇਹਦਾ ਕਿਸੇ ਕਿਸੇ ਗੈਂਗ ਨਾਲ ਕੋਈ ਸਬੰਧ ਨਿਕਲਦਾ ਤਾਂ ਉਹਦੇ ਵਿੱਚ ਫਿਰ ਅਸੀਂ ਅੱਗੇ ਤਫ਼ਤੀਸ਼ ਵਧਾਵਾਂਗੇ 24 ਤਰੀਕ ਨੂੰ ਜਿਹੜਾ ਹੈਗਾ ਕੋਟਕੋਪੂਰਾ ਸ਼ਹਿਰ ਦੇ ਵਿੱਚ ਇੱਕ ਮੋਬਾਈਲ ਦੀ ਦੁਕਾਨ ਸੀ ਉਹਦੇ ਬਾਹਰ ਇੱਕ ਕਾਰ ਖੜੀ ਸੀ ਉਹਦੇ ਤੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ਤੇ ਆ ਕੇ ਦਿਨ ਵੇਲੇ ਲਗਭਗ 3:30 ਵਜੇ ਦੇ ਕਰੀਬ ਫਾਇਰਿੰਗ ਕੀਤੀ ਗਈ ਸੀ ਤੇ ਇਹਦੇ ਚ ਅਸੀਂ ਤਫਤੀਸ਼ ਚ ਪਹਿਲਾਂ ਦੋ ਵਿਅਕਤੀ ਗ੍ਰਿਫਤਾਰ ਕੀਤੇ ਸੀ ਪਰ ਜਿਹੜੇ ਇਹ ਤਿੰਨ ਮੁੱਖ ਮੂਜਰਮ ਸੀਗੇ ਇਹਨਾਂ ਦੇ ਵਿੱਚੋਂ ਇੱਕ ਮੇਨ ਜਿਹੜਾ ਹੈਗਾ ਵਿਅਕਤੀ ਦੋਸ਼ੀ ਉਹਨੂੰ ਗ੍ਰਿਫਤਾਰ ਕਰਨਾ ਬਾਕੀ ਸੀ ਤੇ ਉਦੇ ਸਬੰਧੀ ਸਾਨੂੰ ਜਿਹੜੀ ਹੈਗੀ ਇਨਫੋਰਮੇਸ਼ਨ ਸਾਡੀ CIA ਟੀਮ ਨੂੰ ਮਿਲੀ ਸੀਗੀ ਤੇ ਉਹਨਾਂ ਦਾ ਜਿਹੜਾ ਅ ਅੱਜ ਉਹਨਾਂ ਨੇ ਉਹਨਾਂ ਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਵਿਅਕਤੀਆਂ ਨੇ ਇਹਨਾਂ ਤੇ ਜਿਹੜਾ ਹੈਗਾ ਹਮਲਾ ਕੀਤਾ ਤੇ ਔਰ ਜਿਹਦੇ ਜਵਾਬੀ ਫਾਇਰ ਦੇ ਵਿੱਚ ਇਹ ਵਿਅਕਤੀਆਂ ਨੂੰ ਜਿਹੜਾ ਹੈਗਾ ਗੋਲੀ ਲੱਗੀ ਹੈ ਇਹ ਦੋ ਵਿਅਕਤੀ ਨੇ ਇੱਕ ਤਾਂ ਹੈਪੀ ਨਾਮ ਦਾ ਹਰਪ੍ਰੀਤ ਹੈਪੀ ਨਾਮ ਦਾ ਵਿਅਕਤੀ ਹੈ ਔਰ ਇੱਕ ਇਹਦਾ ਕਜ਼ਨ ਹੈਗਾ ਪਰਮਿੰਦਰ ਇਲੀਅਸ ਚਿੜੀ ਇਹ ਦੋਵੇਂ ਪੰਨੀ ਵਾਲਾ ਮੁਕਸਰ ਡਿਸਟ੍ਰਿਕਟ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੇ ਜਿਹੜਾ ਹੈਗਾ ਇਸ ਵਾਰਦਾਤ ਨੂੰ ਜਿਹੜੀ ਕਿ 24 ਮਈ ਨੂੰ ਕੋਟਕਪੂਰੇ ਸ਼ਹਿਰ ਚ ਹੋਈ ਸੀ ਇਹਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਨੂੰ ਅਸਲਾ ਜਿਹੜਾ ਹੈਗਾ ਇੱਕ ਵਿਅਕਤੀ ਨੇ ਜਿਹੜਾ ਕਿ ਬੇਬਲ ਦਾ ਰਹਿਣ ਵਾਲਾ ਉਸਨੇ ਪ੍ਰੋਵਾਈਡ ਕਰਵਾਈ ਸੀ ਉਹਦੇ ਬਾਰੇ ਵਿੱਚ ਉਹਦੇ ਉਸ ਨੂੰ ਫੜਨ ਵਾਸਤੇ ਜਿਹੜਾ ਹੈਗਾ ਅਸੀਂ ਜਿਹੜੀ ਤਫ਼ਤੀਸ਼ ਜਿਹੜੀ ਹੈਗੀ ਉਹ ਹੋਰ ਅੱਗੇ ਵਧਾਵਾਂਗੇ ਹਰਪ੍ਰੀਤ ਹੈਪੀ ਜਿਹੜਾ ਹੈਗਾ ਇਹਦੇ ਤੇ 5 ਦੇ ਕਰੀਬ ਮੁਕਦਮੇ ਪਹਿਲਾਂ ਦਰਜ ਨੇ ਪੰਨੀ ਵਾਲਾ ਦਾ ਇਹ ਰਹਿਣ ਵਾਲਾ ਇੱਕ ਮੁਕਦਮਾ ਇਸ ਤੇ 302 ਦਾ ਜੋ ਪਤਾ ਚੱਲਿਆ ਕਿ ਕਲਕੱਤੇ ਵੈਸਟ ਬੰਗਾਲ ਦੇ ਵਿੱਚ ਵੀ ਦਰਜ ਹੈ ਔਰ ਇਹੀਆਂ ਜਿਹੜੀਆਂ ਐਕਟੀਵਿਟੀਆਂ ਜਿਹੜੀਆਂ ਨੇ ਪਿਛਲੇ ਕੁਝ ਲੰਬੇ ਸਮੇਂ ਤੋਂ ਮਤਲਬ ਮਾੜੀਆਂ ਜਿਹੜੀਆਂ ਇਹਦੀਆਂ ਐਕਟੀਵਿਟੀਜ਼ ਰਹੀਆਂ ਬਿਲਕੁਲ ਸਿਰ ਗੱਲ ਕਰੀਏ ਤਾਂ ਫਰੋਤੀਆਂ ਲਗਾਤਾਰ ਮੰਗਦੇ ਸੀ ਗੱਲ ਕਰੀਏ ਤਾਂ ਫਰੋਤੀ ਗੱਲ ਆਈ ਸੀ ਲੇਕਿਨ ਕਿਹੜੇ ਗਿਆਨ ਨਾਲ ਸੰਬੰਧ ਦੱਸੇ ਜਾ ਰਹੇ ਆ ਗੱਲ ਹੁਣ ਜਿਹੜੀ ਗੱਲ ਕੋਈ ਗਿਆਨ ਸੰਬੰਧ ਦੱਸ ਰਹੇ ਨੇ ਇਹ ਇੱਕ ਜਿਹੜਾ ਹੈਗਾ ਅਕਸ਼ੇ ਇੰਡੀਆ ਸਨਨੀ ਨਾਮ ਦਾ ਇੱਕ ਵਿਅਕਤੀ ਜਿਹੜਾ ਕੋਟਕਪੂਰੇ ਦਾ ਰਹਿਣ ਵਾਲਾ ਉਹ ਉਸ ਵੱਲੋਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਫਰੋਤੀ ਦੀ ਮੰਗ ਕੀਤੀ ਗਈ ਸੀ ਔਰ ਇੱਕ ਦੁਕਾਨਦਾਰ ਤੋਂ ਇਹਨੇ ਜਿਹੜਾ ਹੈਗਾ ਕੁਝ ਸਮਾਨ ਮੰਗਿਆ ਸੀ ਜਦੋਂ ਉਸਨੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਵਿਅਕਤੀ ਨੇ ਜਿਹੜਾ ਹੈਗਾ ਹਰਪ੍ਰੀਤ ਹੈਪੀ ਦੀ ਮਦਦ ਲਈ ਜਿੰਨੇ ਕਿ ਜਿਹੜਾ ਹੈ ਆਪਣੇ ਜਿਹੜਾ ਸਾਥੀ ਕਜ਼ਨ ਪਰਮਿੰਦਰ ਚਿੜੀ ਇਹ ਦੋਵੇਂ ਪੰਨੀ ਵਾਲਾ ਮੁਕਸਰ ਦੇ ਰਹਿਣ ਵਾਲੇ ਨੇ ਇਹਨਾਂ ਨੇ ਜਿਹੜਾ ਹੈਗਾ ਉਸ ਦੁਕਾਨਦਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਔਰ ਇਹ ਸੰਨੀ ਜਿਹੜਾ ਹੈਗਾ ਪਹਿਲਾ ਜਿਹੜਾ ਹੈਗਾ ਇਸ ਤੇ ਜਿਹੜੇ ਪੰਜ ਮੁਕਦਮੇ ਦਰਜ ਨੇ ਉਹਨਾਂ ਚੇ ਕੁਝ ਪੁਰਾਣੇ ਜਿਹੜੇ ਗੈਂਗਸਟਰਸ ਨੇ ਉਹਨਾਂ ਨਾਲ ਕੰਟੈਕਟ ਚ ਰਿਹਾ ਹੈਗਾ ਪਰ ਹਲੇ ਤੱਕ ਕਿਸੇ ਦੀ شناخت ਜਿਹੜੀ ਹੈਗੀ ਜੋ ਕੋਈ ਪੱਕੇ ਤੌਰ ਤੇ ਅਸੀਂ ਕਹਿ ਸਕੀਏ ਕਿ ਇੱਕ ਪਾਰਟਿਕੂਲਰ ਗੈਂਗ ਦਾ ਇਹ ਕੰਮ ਹੈ ਇਹੋ ਜੀ ਕੋਈ ਗੱਲ ਹਲੇ ਸਾਹਮਣੇ ਨਹੀਂ ਆਈ ਬਿਲਕੁਲ ਮੁੱਢਲੀ ਤਫਤੀਸ਼ ਕੀਪੋਤ ਨੱਗੇ ਨਹੀਂ ਉਦੋਂ ਉਦੋਂ ਵੀ ਕਿਸੇ ਗੈਂਗ ਦੇ ਕੋਈ ਜਿਹੜੀ ਹੈਗੀ ਸਾਡੇ ਕੋਲ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਸੀ ਆਈ ਔਰ ਇਹ ਇਹਦੇ ਵਿੱਚ ਜਿਹੜਾ ਹੈਗਾ ਕਿ ਇੱਕ ਪਰਸਨਲ ਤੌਰ ਤੇ ਉਸਨੇ ਫਰੋਤੀ ਦੀ ਜਿਹੜੀ ਮੰਗ ਕੀਤੀ ਤੇ ਇਸ ਜਿਹੜਾ ਇਹ ਜਿਹੜਾ ਵਿਅਕਤੀ ਹੈ ਅਕਸ਼ੇ ਸੰਨੀ ਨਾਮ ਦਾ ਇਹਦਾ ਜਿਹੜਾ ਪਿਛੋਕੜ ਜਿਹੜਾ ਹੈਗਾ ਉਹ ਚੈੱਕ ਕਰਕੇ ਤੇ ਜੇਕਰ ਇਹਦਾ ਕਿਸੇ ਕਿਸੇ ਗੈਂਗ ਨਾਲ ਕੋਈ ਸਬੰਧ ਨਿਕਲਦਾ ਤਾਂ ਉਹਦੇ ਵਿੱਚ ਫਿਰ ਅਸੀਂ ਅੱਗੇ ਤਫ਼ਤੀਸ਼ ਵਧਾਉਂਦੇ